ਬਿਸਮਿਲ্লাহির ਰਹਿਮਾਨ ਰਹੀਮ ਅਸਲਾਮ ਅਲੈਕਮ ਵੀਵਰ ਕੀ ਹਾਲ ਚਾਲ ਹੈ ਠੀਕ ਹੋ ਉਮੀਦ ਕਰਨੇ ਆ ਠੀਕ ਹੋ ਦੇ ਜਨਾਬ ਤੇ ਤੁਸੀਂ ਜਿੱਥੇ ਵੀ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਅੱਛਾ ਜੀ ਅੱਜ ਅਸੀਂ ਬਣਾ ਰਹੇ ਆ ਜਨਾਬ ਜਿਹੜੇ ਜਿਹੜੇ ਵੀ ਵੀਰ ਭਰਾ ਵੇਖ ਰਹੇ ਹੋ ਵੀਡੀਓ ਜਿੱਥੇ ਜਿੱਥੇ ਵੇਖ ਰਹੇ ਹੋ ਫਿਰ ਦੁਆ ਕਰਨੇ ਆ ਕਿ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਸਲਾਮਤ ਰੱਖੇ ਜਨਾਬ ਗੱਲ ਹੈ ਜੀ ਅੱਜ ਅਸੀਂ ਬਣਾਣੀ ਹੈ ਇਨਸ਼ਾਅੱਲਾ ਕੜਾਈ ਤੇ ਉਹ ਵੀ ਦੇਸੀ ਮੁਰਗੇ ਦੀ ਦੇਸੀ ਮੁਰਗੇ ਦੀ ਅੱਜ ਅਸੀਂ ਇਨਸ਼ਾਅੱਲਾ ਬਣਾਣੀ ਹੈ ਕੜਾਈ ਜਨਾਬ ਤੇ ਅਸੀਂ ਮੁਰਗੇ ਵੀ ਰੱਖੇ ਨੇ ਲੇਕਿਨ ਅੱਜ ਅਸੀਂ ਦੇਸੀ ਮੁਰਗਾ ਜ਼ਬਾ ਕੀਤਾ ਵੇ ਤੇ ਦੇਸੀ ਮੁਰਗਾ ਇਨਸ਼ਾਅੱਲਾ ਬਣਾ ਦੇ ਕੜਾਈ ਬੜੀ ਮਜ਼ੇ ਦੀ ਕੜਾਈ ਬਣੇ ਦੀ ਇਨਸ਼ਾਅੱਲਾ ਗ੍ਰੇਵੀ ਬਹੁਤ ਮਜ਼ੇ ਦੀ ਹੋਵੇ ਦੀ ਗ੍ਰੇਵੀ ਦੇ ਵਿੱਚ ਅਸੀਂ ਚਾਰ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਪਾਣੀਆਂ ਨੇ ਜਨਾਬ ਪਹਿਲੇ ਨੰਬਰ ਤੇ ਪਿਆਜ਼ ਦੂਸਰੇ ਨੰਬਰ ਤੇ ਟਮਾਟਰ ਤੀਸਰੇ ਨੰਬਰ ਤੇ ਸਬਜ਼ ਮਰਚ ਤੇ ਚੌਥੇ ਨੰਬਰ ਤੇ ਥੋਮ ਥੋਮ ਕਿਹੜਾ ਸਬਜ਼ ਥੋਮ ਜਿੰਨੂੰ ਭੁੱਖਾਂ ਆਖਦੇ ਨੇ ਥੌਮ ਦੀਆਂ ਇਹਨਾਂ ਸਾਰਿਆਂ ਦਾ ਬਣਾ ਲੈਣ ਐ ਸੇ ਕੁੱਤਰਾ ਤੇ ਮੁਰਗਾ ਸੀ ਜ਼ਬਾਹ ਕਰਕੇ ਆਲਰੇਡੀ ਪਹਿਲਾਂ ਹੀ ਰੱਖ ਲਿਆ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਤੇ ਹੁਣ ਅਸੀਂ ਇਹਨਾਂ ਦਾ ਬਣਾ ਲਈਏ ਕੁੱਤਰਾ ਕੁੱਤਰਾ ਬਣਾ ਕੇ ਤੇ ਇਹਨਾਂ ਸਾਰਿਆਂ ਨੂੰ ਆਪਸ ਵਿੱਚ ਮੰਦੋਲ ਲੈਣਾ ਵੇ ਠੀਕ ਹੈ ਅੱਛਾ ਜੀ ਤੁਹਾਨੂੰ ਯਾਦ ਰੱਖਾਂਦੇ ਚਾਹੀਏ ਕਿ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਜਿਨ੍ਹਾਂ ਦੋਸਤਾਂ ਨੇ ਇਸ ਚੈਨਲ ਨੂੰ ਪਹਿਲੇ ਸਬਸਕ੍ਰਾਈਬ ਕੀਤੇ ਆ ਉਹਨਾਂ ਦਾ ਫੇਰ ਸ਼ੁਕਰੀਆ ਤੇ ਵੀਡੀਓ ਅਗਰ ਅੱਛੀ ਲੱਗੇ ਤੇ ਲਾਈਕ ਵੀ ਕਰਨਾ ਹੈ ਅਗਰ ਕਿਸੇ ਨੂੰ ਸੇਲ ਮੁਰਗੀ ਜਾਂ ਮੁਰਗਾ ਚਾਹੀਦਾ ਹੋਵੇ ਦੇਸੀ ਮੁਰਗੀ ਮੁਰਗਾ ਚਾਹੀਦਾ ਹੋਵੇ ਤੇ ਕੰਟੈਕਟ ਵੀ ਕਰ ਸਕਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਰਾਬਤਾ ਕਰ ਸਕਦੇ ਹੋ ਫ੍ਰੀ ਰੇਂਜ ਜਿਹੜਾ ਪੋਲਟਰੀ ਫਾਰਮ ਵੀ ਰੱਖਿਆ ਮੈਂ ਆਪਣਾ ਖੁੱਲੇ ਖੇਤਾਂ ਦੇ ਵਿੱਚ ਜਨਾਬ ਇਹ ਇਨਸ਼ਾਅੱਲਾ ਤੁਹਾਨੂੰ ਵਿਜ਼ਿਟ ਕਰਾਂ ਦਿਓ ਵੀ ਖੁੱਲੇ ਖੇਤਾਂ ਦੇ ਵਿੱਚ ਰੱਖੇ ਨੇ ਦੇਸੀ ਮੁਰਗੇ تے باقی جناب اج ویکھو انشاءاللہ کڑائی بنے دی دیسی مرغے دی بڑی مزے کڑائی بنے جناب اسے جناب ویکھو بنا لیا کترا ساری نا دیسی مرغے جناب کیا بات ہے کی کتنا سونا گوشت ماشاءاللہ ਇਹ ਬੜਾ ਸੋਨਾ ਗਲੇ ਦਾ ਇਨਸ਼ਾਅੱਲਾ ਬਿਲਕੁਲ ਨਾ ਸਹੀ ਜਵਾਨ ਮੁਰਗਾ ਸੀ ਤੇ ਬੜਾ ਸੋਨਾ ਮਾਸ਼ਾਅੱਲਾ ਗੋਸਤ ਬਣੇਦਾ ਇਹਦਾ ਜਿਹੜੀ ਗਰੇਵੀ ਹੈ ਨਾ ਗਰੇਵੀ ਵਾਸਤੇ ਜਨਾਬ ਹੈ ਜਿਹੜੀਆਂ ਚੀਜ਼ਾਂ ਨਾ ਥੋਮ ਦਾ ਬੜਾ ਵਿੱਚ ਇਹ ਕਮਾਲ ਹੈ ਸਬਜ਼ ਥੋਮ ਦਾ ਜਿਹੜਾ ਹੈ ਨਾ ਇਸਤੇਮਾਲ ਜ਼ਰੂਰ ਤੁਸੀਂ ਕਰਨਾ ਹੈ ਬਹੁਤ ਮਜ਼ੇਦਾਰ ਗਰੇਵੀ ਬਣੇਗੀ ਇਹ ਚਾਰ ਜਿਹੜੇ ਨਾ ਬੂਟੇ ਲਏ ਨੇ ਸਾ ਥੋਂਦੇ ਜਿਨ੍ਹਾਂ ਦਾ ਕੁਤਰਾ ਬਣਾਇਆ ਹੈ ਤੇ ਜਿਵੇਂ ਜਨਾਬ ਕੋਕੜ ਸੱਟ ਲਿਆਵੇ ਦੇਸੀ ਕੋੜ ਤੇ ਹੁਣ ਇਹ ਦੂਸਰਾ ਕੁੱਤਰਾ ਵੀ ਇਹਦੇ ਵਿੱਚ ਛੱਟਣਾ ਜਨਾਬ ਸਾਰਾ ਲਾਰ ਲੋਕ ਹੈ ਲੋਹਾ ਜਨਾਬ ਇਹ ਸਾਰਾ ਕੁੱਤਰਾ ਲਾ ਕੇ ਵਿੱਚ ਤੇ ਪਾਣੀ ਪਾ ਕੇ ਇਹਨੂੰ ਉਬਾਲ ਲੈਣਾ ਠੀਕ ਹੈ ਉਬਾਲਣ ਤੋਂ ਬਾਅਦ ਫਿਰ ਜਿਸ ਟਾਈਮ ਗਲ ਜਾਵੇ ਦਾ ਫਿਰ ਤੁਸੀਂ ਇਹਨੂੰ ਭੁੰਨ ਲੈਣਾ ਤੁਸੀਂ ਜਨਾਬ ਵੇਖੋ ਕਿਸ ਤਰ੍ਹਾਂ ਭੁੰਨੇ ਇਹਨੂੰ ਇਹਨੂੰ ਉਬਾਲਣ ਤੋਂ ਬਾਅਦ ਕੜਾਈ ਤਿਆਰ ਕਰਨੇ ਇਨਸ਼ਾਅੱਲਾ ਜਨਾਬ ਵੇਖੋ ਨਾ ਸਾਰਾ ਕੁਤਰਾ ਸਿਰ ਲਾ ਲਿਆ ਵੇ ਤੇ ਇਹ ਜਨਾਬ ਵੇਖੋ ਕੜਾਈ ਦੇ ਨਜ਼ਾਰੇ ਤੁਸੀਂ ਹੁਣ ਕੜਾਈ ਤਿਆਰ ਹੋ ਗਈ ਏ ਗਰੇਵੀ ਤੁਸੀਂ ਚੈੱਕ ਕਰਨੀ ਹੈ ਜਨਾਬ ਮੈਂ ਗਰੇਵੀ ਦਿਖਾਣਾ ਤੁਹਾਨੂੰ ਗਰੇਵੀ ਚੈੱਕ ਕਰੋ ਇਹਦੀ ਗਰੇਵੀ ਕਿੰਨੀ ਮਦਦੀ ਬਣੀ ਆ ਕਿੰਨਾ ਪਿਆਰਾ ਰੰਗ ਆਇਆ ਯਾਰ ਕਿੰਨਾ ਹੀ ਸੋਹਣਾ ਰੰਗ ਹੈ ਨਾ ਵਾਹ ਜੀ ਵਾਹ ਕੀ ਬਾਤ ਹੈ ਮਾਸ਼ਾਅੱਲਾ اگر ویڈیو اچھی لگے تو یار لائک ضرور کرنا تو چینل سبسکرائب بھی تسی کر لینا جڑے نئے دوستوں جنہیں سبسکرائب نہیں کیتے آ چینل سبسکرائب کر کے تو بیل لائک آن بٹن بھی پریس کر لینا میں دیکھو بھی کنی پیاری بنی کیا بات ہے ماشاءاللہ اگر ویڈیو اچھی لگے تو جناب لائک ضرور کرنا ہے کیا بات ہے کیا بات ہے ایک کمینٹ بوکس سے لکھو ہاں سارے ویر ماشاءاللہ اکتب فی تعلیق ماشاءاللہ کل شباب یلا یا شباب اشراء کم لاتا علیق گل ماشاءاللہ ایوہ فحض فحض علی چکن یا شباب دجاج جاج علی دجاج